ਇਹਨੇ ਤੂੰ ਐ ਕੀ ਕਰ ਰਹੀ ਹੈ ਬੇਟਾ ਉਹ ਨਾ ਮੈਂ ਕੀ ਆਨਲਾਈਨ ਕੁਝ ਲੱਭ ਰਹੀ ਹਾਂ ਹਾਂ ਮੈਂ ਆਨਲਾਈਨ ਇੱਕ ਚੀਜ਼ ਦੇਖੀ ਸੀ ਐ ਵਾਲੇ ਦੇਖੋ ਪਿੱਲੋ ਕਵਰ ਦੇਖ ਰਹੀ ਸੀ ਦੇਖੋ ਥੋੜਾ ਨਜ਼ਦੀਕਲਾ ਇਹ ਕੁਸ਼ਨ ਹੈ ਨਾ ਕੁਸ਼ਨ ਇਹ ਦੇਖੋ ਕੁਸ਼ਨ ਹੈ ਨਾ ਇਹ ਦੇਖ ਮੈਨੂੰ ਅੱਛੇ ਲੱਗੇ ਸਿਰਫ ਕੁਸ਼ਨ ਚਾਦਰ ਨਹੀਂ ਹੈ ਚਾਦਰ ਵੀ ਹੈ ਆਨਲਾਈਨ ਪਤਾ ਕੀ ਹੈ ਆਨਲਾਈਨ ਨਾ ਕੋਈ ਚੀਜ਼ ਹੈ ਨਾ ਜੋ ਚੀਜ਼ ਦੇਖ ਕੇ ਸਮਝ ਆ ਰਹੀ ਨਾ ਮੈਂ ਉਹ ਦੇਖ ਰਹੀ ਕਿਉਂਕਿ ਨਾ ਸਾਰੀ ਚੀਜ਼ਾਂ ਨਾ ਜ਼ਰੂਰੀ ਨਹੀਂ ਕਿ ਸਹੀ ਨਿਕਲੇ ਕੁਸ਼ਨ ਕਵਰ ਹੈ ਨਾ ਮਤਲਬ ਜਿਵੇਂ ਕੋਈ ਕਸਟਮਰ ਹੈ ਉਹ ਆਰਡਰ ਕਰਦਾ ਨਾ ਤੇ ਕਮੈਂਟ ਬਾਕਸ 'ਚ ਕਮੈਂਟ ਕਰਦਾ ਕਿ ਇਹ ਚੀਜ਼ ਅੱਛੀ ਮੈਂ ਉਹ ਚੀਜ਼ ਦੇਖ ਰਹੀ ਹਾਂ ਔਰ ਤੂੰ ਨੇ ਇਹ ਵਾਲੀ ਬੈਡਸ਼ੀਟ ਬੜੀ ਪਸੰਦ ਆ ਰਹੀ ਹੈ ਮਲਟੀ ਕਲਰ ਹੈ ਔਰ ਅੱਛੀ ਲੱਗੇਗੀ ਜੇ ਮਤਲਬ ਬੰਦਾ ਦੀਵਾਲੀ ਵਗੈਰਾ ਵਾਸਤੇ ਲਏ ਨਾ ਤੇ ਕਲਰਫੁਲ ਚੀਜ਼ਾਂ ਨੇ ਦੀਵਾਲੀ ਵਾਸਤੇ ਕੀ ਹੈ ਆਫਰ ਵਗੈਰਾ ਚੱਲ ਰਹੀ ਹੈ ਕੁਝ ਬੈਡਸ਼ੀਟ ਵਗੈਰਾ ਦੇ ਹਾਂ ਤਾਂ ਠੀਕ ਮੈਂ ਇਹ ਕਹਿ ਰਹੀ ਵਿਦਆਊਟ ਪਿੱਲੋ ਇਹ ਵਾਲਾ ਲਵਾਂਗੀ ਨਹੀਂ ਫਿਰ ਫਾਇਦਾ ਨਹੀਂ ਪਤਾ ਕੀ ਹੈ ਦੇਖ ਉਹਨੇ ਕੰਮ ਗਲਤ ਕਰਾ ਹੈ ਕੀ ਤੂੰ ਆਪਣੇ ਹੀ ਤਰਫ ਫੋਨ ਕੀ ਤਰਫ ਧਿਆਨ ਦੇ ਰਹੀ ਹੈ ਤੇਰੇ ਕੋ ਬੱਚੇ ਕੀ ਤਰਫ ਬਿਲਕੁਲ ਧਿਆਨ ਨਹੀਂ ਐਨੂ ਮੇਰੇ ਨਾਲ ਬਹੁਤ ਦੇਰ ਦੀ ਬੈਠੀ ਹੈ ਐਨੂ ਕਾਕਾ ਅੱਛਾ ਅੱਛਾ ਐ ਲੋ ਐ ਲੋ ਚੀਜ਼ ਆ ਜਾ ਬੇਟਾ ਆ ਜਾ ਇੱਥੇ ਆ ਅੱਛਾ ਗਲ ਛੁਣੋ ਇੱਧਰ ਆ ਉਹ ਖਾ ਇਹਨੂੰ ਖਾਰਿਸ਼ ਬਹੁਤ ਹੁੰਦੀ ਬਿਸਕੁਟ ਖਾਂਦੀ ਨਾ ਕੀ ਹੈ ਪਤਾ ਮਿੱਠੇ ਵਾਲੇ ਇਹ ਤੂੰ ਮਿੱਠੇ ਬਿਸਕੁਟ ਨਹੀਂ ਜਾਣਾ ਬੇਟਾ ਠੀਕ ਹੈ ਫਿਰ ਉਹ ਆਪਣੇ ਆਪ ਕੋ ਕਾਟੇਗੀ ਉਹ ਹੋਏ ਆਪਣੇ ਆਪ ਕੋ ਕਾਟ ਰਹੀ ਹੈ ਐਨੂ ਨੋ ਬਾਬੂ ਕੀ ਕਰਨਾ ਜੀ ਚੋਨਾ ਉਹ ਇਹਨੂੰ ਪਤਾ ਕੀ ਹੈ ਮੰਮੀ ਐ ਕੱਟ ਨਹੀਂ ਰਹੀ ਔਰ ਇਹ ਖਾਰਿਸ਼ ਨਹੀਂ ਕਰ ਰਹੀ ਉਹ ਨਾ ਜਿਵੇਂ ਐ ਭੱਜ ਕੇ ਚੜਦੀ ਹੈ ਨਾ ਬੈੱਡ ਤੇ ਇਹਨੂੰ ਚੋਟ ਲੱਗਦੀ ਹੈ ਥੋੜਾ ਗਿਰ ਜਾਂਦੀ ਮਤਲਬ ਇਹਨੂੰ ਲੱਗ ਜਾਂਦਾ ਕੋਈ ਕਿਨਾਰਾ ਦੇਖੋ ਇਹਨੂੰ ਚੋਟਾਂ ਦੇਖੋ ਇਹ ਕਿੰਨੀ ਗੌਰ ਨਾਲ ਦੇਖੋ ਮਤਲਬ ਇਹਨੂੰ ਐਵੇਂ ਲੱਗਦਾ ਜਿਵੇਂ ਕਿਸੇ ਨੇ ਮਾਰਿਆ ਐ ਚੋਟਾਂ ਇਹਦੀਆਂ ਨਾ ਸਾਰੀਆਂ ਗਿਰ ਗਿਰ ਕੇ ਹੋ ਗਈਆਂ ਨੇ ਦੌੜ ਕੇ ਚੜਦੀਆਂ ਨੇ ਇਹਦੇ ਨਿਸ਼ਾਨ ਪੈ ਗਏ ਨੇ ਤੇ ਮੈਂ ਇਹਦੇ ਤੇ ਨਾ ਦਵਾਈ ਵੀ ਲਗਾ ਦਿੰਦੀ ਆ ਆਪੀ ਕੋ ਮੰਗਵਾਈ ਸੀ ਡਿਟੋਲ ਵਗੈਰਾ ਵੀ ਲਗਾ ਦਿੰਦੀ ਆ ਤੇ ਉਹ ਠੀਕ ਹੈ ਉਹ ਨਿਸ਼ਾਨ ਇਹਨੂੰ ਉਹ ਮਤਲਬ ਜਾਨਵਰ ਹੈ ਨਾ ਜੋ ਆਪਣਾ ਕਸ਼ਟ ਹੈ ਨਾ ਜੋ ਜਾਨਵਰ ਨੂੰ ਚੋਟ ਲੱਗਦੀ ਉਹਨੂੰ ਠੀਕ ਕਰ ਲੈਂਦੀ ਹੈ ਮਤਲਬ ਜਿਵੇਂ ਕਰਕੇ ਉਹਨੂੰ ਲੱਗਦਾ ਹੈ ਕਿ ਉਸ ਚੀਜ਼ ਨੂੰ ਉਹ ਚੜਦਾ ਹੈ ਨਾ ਆਪਣੇ ਆਪ ਹੀ ਜੋ ਉਹਦੀ ਲਾਰ ਹੁੰਦੀ ਨਾ ਉਹਦੇ ਨਾਲ ਉਹ ਠੀਕ ਕਰ ਲੈਂਦਾ ਇਸ ਕਰਕੇ ਹਾਂ ਉਹ ਦਵਾਈ ਵਗੈਰਾ ਜ਼ਰੂਰਤ ਜ਼ਿਆਦਾ ਪੈਂਦੀ ਨਹੀਂ ਹੈ ਬਾਕੀ ਮੈਂ ਆਨਲਾਈਨ ਤੇ ਦੇਖ ਹੀ ਰਹੀ ਸੀ ਐਨੀ ਨਾਲ ਖੇਲ ਵੀ ਰਹੀ ਆ ਪਰ ਮੈਂ ਕਿਹਾ ਆਪਣੇ ਹੱਥ ਪੈਰ ਖਾ ਰਹੀ ਹੈ ਹਾਂ ਪਰ ਮੈਨੂੰ ਨਾ ਕੋਈ ਚੀਜ਼ ਐਵੇਂ ਸਮਝ ਆ ਗਈ ਮੈਂ ਕਿਹਾ ਅੱਛਾ ਲੱਗ ਰਿਹਾ ਹੈ ਤੇ ਕਿਉਂ ਨਾ ਇੱਕ ਵਾਰੀ ਦੇਖਿਆ ਜਾਏ ਪਰ ਮੇਰੇ ਕੋ ਤਾਂ ਐਸੇ ਲੱਗ ਰਿਹਾ ਤੂੰ ਗੇਮ ਖੇਲ ਰਹੀ ਨਹੀਂ ਨਹੀਂ ਗੇਮ ਮੈਂ ਪਹਿਲੇ ਟੈਂਪਲ ਰਨ 2 ਖੇਲ ਰਹੀ ਸੀ ਆਪਕੋ ਪਤਾ ਹੈ ਮੇਰਾ ਫੋਨ ਆਦ ਮੈਂ ਔਰ ਮੈਂ ਗੇਮ ਵੀ ਖੇਲਦੀ ਹੂੰ ਪਰ ਇਹ ਵਾਲੀ ਬੈਡਸ਼ੀਟ ਬੜੀ ਵਧੀਆ ਲੱਗ ਰਹੀ ਦੇਖੋ ਔਰ ਜ਼ਿਆਦਾ ਮਹਿੰਗੀ ਵੀ ਨਹੀਂ ਹੈ ਆਫਰ 'ਚ ਚੱਲ ਰਹੀ ਹੈ 1600 ਦੀ ਬੈਡਸ਼ੀਟ ਹੈ ਔਰ ਇਹ 440 ਰੁਪੀਸ ਦੀ ਆ ਰਹੀ ਹੈ ਦੇਖੋ ਕਿੰਨੀ ਪਿਆਰੀ ਕਲਰ ਕਿੰਨਾ ਦੇਖੋ ਅੱਛਾ ਲੱਗ ਰਿਹਾ ਹੈ ਨਾ ਸ਼ਿਪਿੰਗ ਚਾਰਜ ਸ਼ਿਪਿੰਗ ਚਾਰਜ ਤੋਂ ਫ੍ਰੀ ਡਿਲੀਵਰੀ ਲਿਖਾ ਹੋਇਆ ਕੁਝ ਵੀ ਨਹੀਂ ਲਿਖਾ ਹੋ ਸਕਦਾ ਹੈ ਕੁਝ 100-200 ਰੁਪਏ ਲੱਗ ਜਾਏ ਪਰ ਅੱਛੀ ਹੈ ਇਹ ਬੈਡਸ਼ੀਟ ਮੈਂ ਇਹ ਕਲਰਿੰਗ ਹੁਣ ਦੇਖਿਆ ਮੈਂ ਇੰਨੀ ਦੇਰ ਦੀ ਸਰਚ ਕਰ ਰਹੀ ਮੈਨੂੰ ਇਹ ਹੁਣ ਪਸੰਦ ਆਈ ਹੈ ਮੰਗਾ ਰਹੀ ਹੈ ਫਿਰ ਹਾਂ ਦੇਖਦੇ ਹਾਂ ਇਹ ਵਾਲੀ ਮੈਂ ਤਾਂ ਸੋਚ ਰਹੀ ਹਾਂ ਕਿ ਅਬ ਤਾਂ ਆਰਡਰ ਹੋ ਜਾਏ ਕਿਉਂਕਿ ਹਰੀ ਅਪ ਕਰਦੇ ਨੇ ਕਹਿੰਦੇ ਇੱਕ ਅੱਧੀ ਬੈਡਸ਼ੀਟ ਰਹਿ ਗਈ ਹੈ ਫਟਾਫਟ ਆਫਰ 'ਚ ਹੈ ਨਾ ਤੇ ਦੇਖਦੇ ਅਗਰ ਮਿਲ ਜਾਏ ਕਿਸਮਤ ਹੋਈ ਤੇ ਸਾਈਜ਼ 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 ਇਹਦਾ ਹੈਗਾ ਹੈ ਡਬਲ ਸਾਈਜ਼ ਹੈ ਵੈਸੇ ਤੇ ਨਹੀਂ ਨਹੀਂ 250 ਸੈਂਟੀਮੀਟਰ 225 ਸੈਂਟੀਮੀਟਰ ਨਹੀਂ ਇਸ ਤਰ੍ਹਾਂ ਨਹੀਂ ਮਤਲਬ 100 ਹੈਗਾ ਔਰ ਐਸੇ 100-04 ਹੈ ਜਿਹੜੀ ਫਲੈਟ ਸ਼ੀਟ ਹੈਗੀ ਹੈ ਇਹਦੀ 88 ਇੰਚਸ 225 ਸੈਂਟੀਮੀਟਰ ਹੈ ਔਰ 23 ਇੰਚਸ 60 ਸੈਂਟੀਮੀਟਰ ਮਤਲਬ ਬੜਾ ਨਹੀਂ ਹੈ ਇਹ ਔਰ ਨਹੀਂ ਪਤਾ ਨਹੀਂ 300 ਕੇਜੀ ਦੀ ਤੇ ਹੈਗੀ ਹੈ ਬਾਕੀ ਇਹ ਨਹੀਂ ਪਤਾ ਕੀ ਹੈ ਆ ਪਾ ਰਹੀ ਨਹੀਂ ਤੁਸੀਂ ਦੇਖ ਲਓ ਬੜੇ ਇਹ ਨਾ ਇਤਨਾ ਹਾਰ ਹੋ ਗਿਆ ਤਾਂ ਠੀਕ ਹੈ ਆਰਡਰ ਕਰ ਲੈ ਜਲਦੀ ਆ ਜਾ ਦੇਖ ਲਓ ਕੀ ਪਤਾ ਅਗਰ ਮਿਲ ਜਾਏ ਤੇ ਮੈਂ ਆਰਡਰ ਕਰ ਦਾਂਗੀ ਨਹੀਂ ਤੇ ਫਿਰ ਨਹੀਂ ਮਿਲ ਪਾਏਗੀ ਹੈ ਨਾ ਚਲੋ ਦੇਖਦੇ ਹਾਂ ਆਰਡਰ ਕਰਤੇ ਬਾਕੀ ਐਨੀ ਆਪਣਾ ਰਿਸਟ ਕਰ ਰਹੀ ਹੈ ਐਨੀ ਆਉ ਕਰ ਰਹੀ ਹੈ ਆਓ ਚਲੇ ਚਲੋ ਮੈਂ ਕੁਝ ਬਣਾਤੇ ਹਾਂ ਖਾਣਾ ਬਣਾਉਣੇ ਚਲਦੇ ਫਿਰ ਐਨੀ ਆਉ ਚਲੇ ਮੇਰੇ ਸਾਥ ਚਲੇਗੀ ਠੀਕ ਹੈ ਦੇਖੋ ਮੇਰੇ ਪਾਸ ਬਾਸ ਹੈ ਕੁਰਸੀ ਚਲੋ ਐਨੀ ਆਉ ਆਉ ਕੀ ਕਹਿ ਰਹੀ ਐਨੀ ਆਉ 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 ਬੇਟਾ ਰੋਟੀ ਬਣਾਉਣ ਚਲੀਏ ਚਲੋ ਐਪਲ ਐਪਲ ਵੀ ਐਨੀ ਕੋ ਐਪਲ ਨਹੀਂ ਐਪਲ ਨਹੀਂ ਐਨੀ ਰੋਟੀ ਬਣਾਉਣ ਚਲੀਏ ਮੇਰੇ ਸਾਥ ਚਲੋ ਅੰਕਲ ਕਾ ਆਜੋ ਆਜੋ ਬੇਟਾ ਆਜੋ ਮੇਰਾ ਬੱਚਾ ਪਲੀਜ਼ ਕਰਤੀ ਹੋ ਸਕਦਾ ਤਾਂ ਆਰਡਰ ਹੋ ਜਾਏ ਐਨੂ ਐਨੂ ਆਉ ਲੋਤੀ ਬਣਾਉਣ ਚਲੀਏ ਠੀਕ ਹੈ ਠੀਕ ਹੈ ਮੈਂ ਦੇਖਦੀ ਹਾਂ क्या एक बार देख लेती हूँ अगर मिल जाए तो हाँ हो जाए तो कर ले होती तो फिर कोई और ट्राई कर ले हाँ ये जो एक तेरे को एक बात बताऊँ ये जो तूने ये गुलाबी वाली चद्दर है ना ये अलग बिछाई हुई ये भावना ये संभावना सेठ ने भी ऑर्डर करी है मैंने इतने दिन से ऑर्डर किया मैं तो मम्मी ये बेडशीट टीवी में देखा किसके पास है ये किसने लगाई मैंने देखा सेम संभावना सेठ के घर पे बेडशीट है गाइस ये भी मैंने ऑनलाइन परचेज की है उन्होंने भी ऑनलाइन परचेज की है क्वालिटी बड़ी अच्छी है ना एकदम पतली सी है ना ऐसी लगते हैं बिल्कुल टिश्यू की तरह इसकी बहुत प्यारी है बहुत प्यारी है हां ऑनलाइन कोई चीज खराब नहीं होती आप लोग ले सकते हैं कोई चीज खराब नहीं होती क्वालिटी बहुत अच्छी है तो ट्राई कीजिए ऑनलाइन परचेजिंग करें मार्केट से बचे मार्केट बहुत दूर भी पड़ती है और
और एनी की बहुत सारी मस्ती हो रही है, एनी कट्टी कट्टी कर रही है मम्मी को, एनी मम्मी को कट्टी कट्टी कर रहा है। देखो गाइस आपको डरा, आपको बताऊं काट दिया मेरे को, काट दिया एनी ने, एनी ने मेरे को मार दिया। आई बोलो एनी को ना पता क्या है, अंगूठी का रही है, अंगूठी काट रही है वो, इसलिए ना इसको सिर्फ शैतानियां चाहिए। आजो 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 आजो। सुनो एनी हमारे से ना अब मैं बनाऊं क्या जल्दी बोल, टाइम देख पौने नौ हो गए हैं, सोना है मेरे को। पनीर बना देती हूँ, भुर्जी बना देती हूँ, नहीं शाही पनीर भी नहीं बनाती, तरी वाले मटर पड़े, मटर नहीं, मटर नहीं खाना मेरे, परसों तो हमने बनाया मटर पनीर। अच्छा पनीर की भुर्जी, चलो ठीक है, बाय बाय जी।